ਪੈਨਸ਼ਨ ਦੀ ਟੈਨਸ਼ਨ ਵਿੱਚ ਚੱਲ ਰਹੀ ਪੰਜਾਬ ਸਰਕਾਰ ਨੂੰ ਪੈਨਸ਼ਨ ਲਾਭਪਾਤਰੀਆਂ ਦੀ ਜਾਂਚ ਪੜਤਾਲ ਤੋਂ ਬਾਅਦ ਜਾ ਕੇ ਰਾਹਤ ਮਿਲੀ। ਜਾਂਚ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਕਿ ਮਾਨਸਾ ਜ਼ਿਲ੍ਹੇ ਵਿੱਚ ਜਿੱਥੇ 9000 ਦੇ ਕਰੀਬ 40 ਪੈਨਸ਼ਨ ਧਾਰਕ ਸਨ, ਉੱਥੇ 50000 ਤੋਂ ਵੱਧ ਜਾਂਚ ਲਈ ਪੇਸ਼ ਹੀ ਨਹੀਂ ਹੋਏ। ਸਰਕਾਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿਖਾਈ ਇਸ ਦਰਿਆਦਿਲੀ ਦਾ ਪਤਾ ਲੱਗਾ ਤਾਂ ਇਸ ਦੀ ਹੋਰ ਗੰਭੀਰਤਾ ਨਾਲ ਜਾਂਚ ਲਈ ਸਮਾਜਿਕ ਸੁਰੱਖਿਆ ਵਿਭਾਗ ਦੀ ਜਾਂਚ ਦੇ ਹੁਕਮ ਜਾਰੀ ਕੀਤੇ। ਮਾਨਸਾ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਅਫਸਰ ਸਤੀਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 85,455 ਲਾਭਪਾਤਰੀਆਂ ਦੀ ਜਾਂਚ ਕੀਤੀ ਗਈ ਤਾਂ 8,958 ਲਾਭਪਾਤਰੀ ਪੈਨਸ਼ਨ ਪ੍ਰਾਪਤ ਕਰਨ ਦੇ ਅਯੋਗ ਪਾਏ ਗਏ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਹੜੀ ਐਸ ਡੀ ਐਮ ਸੀ ਵੱਲੋਂ ਟੀਮਾਂ ਬਣਾ ਕੇ ਜਿਹੜੀ ਸਾਰੇ ਪੜਤਾਲ ਕਰਵਾਈ ਗਈ ਸੀ, ਜਿਸ 'ਚ ਜਿਵੇਂ ਅਸੀਂ 85,455 ਬੰਦਿਆਂ ਦੀ ਪੜਤਾਲ ਕਰਵਾਈ ਸੀ, ਜਿਸ 'ਚੋਂ ਮਤਲਬ ਕਿ 70,000 ਦੇ ਕਰੀਬ ਬੰਦੇ ਜਿਹੜੇ ਯੋਗ ਪਾਏ ਗਏ ਅਤੇ ਉਸ 'ਚੋਂ 99,858 ਜਿਹੜੇ ਨੀਅਰ 9,000 ਦੇ ਕਰੀਬ ਹੈਗੇ ਜਿਹੜੇ ਅਯੋਗ ਪਾਏ ਗਏ। ਟੋਟਲ ਵੱਖ ਵੱਖ ਕੈਟਾਗਰੀ ਸੀ, ਜਿਵੇਂ ਕੋਈ ਉਮਰ ਘੱਟ ਹੈ, ਜ਼ਮੀਨ ਵੱਧ ਹੈ ਜਾਂ ਆਮਦਨ ਵੱਧ ਹੈ ਜਿਹਨਾਂ ਦੀ, ਉਸ ਮੁਤਾਬਿਕ ਉਹਨਾਂ ਦੀ ਜਿਹੜੀ ਹੈਗੀ ਪੈਨਸ਼ਨ ਅਸੀਂ ਐਤਕੀ ਜਿਹੜੀ ਪੈਨਸ਼ਨ ਭੇਜੀ ਅਸੀਂ ਸਰਕਾਰ ਵੱਲੋਂ ਜਿਹੜੀ ਪੈਨਸ਼ਨ ਆਈ ਹੈ ਅਸੀਂ ਡਿਲੀਟ ਕਰਕੇ ਭੇਜੀ ਉਹਨਾਂ ਨੂੰ ਪੈਨਸ਼ਨ। ਵੈਰੀਫਿਕੇਸ਼ਨ ਤਾਂ ਮਤਲਬ ਤਕਰੀਬਨ ਆਲ ਓਵਰ ਬੈਸਟ ਤਾਂ ਖਤਮ ਹੋ ਚੁੱਕੀ। ਕੁਛ ਹੈ ਵੀ ਕੁਛ ਬੰਦੇ ਜਿਹੜੇ ਐਬਸੈਂਟ ਹੈਗੇ ਨੇ, ਕੁਛ ਬੰਦੇ ਉਹਨਾਂ ਦੀ 800 ਦੇ ਕਰੀਬ ਬੰਦੇ ਐਬਸੈਂਟ ਨੇ ਜਿਨ੍ਹਾਂ ਦੀ ਦੁਆਰਾ ਪੜਤਾਲ ਕਰਾਊਗੀ, 5,600 ਦੇ ਕਰੀਬ, ਅਤੇ ਉਹਨਾਂ ਦੀ ਪੜਤਾਲ ਦੁਆਰਾ ਕਰਵਾਈ ਜਾਊਗੀ। ਮਤਲਬ ਕਿ ਦੁਆਰਾ ਸਰਕਾਰ ਦੇ ਜਿਵੇਂ ਵੀ ਹੁਕਮ ਹੋਣਗੇ ਵੀ ਇਹਨਾਂ ਦੀ ਪੜਤਾਲ ਦੁਆਰਾ ਕਰਵਾਓ, ਜਿਹੜੇ 11,000 ਪਾਏ ਜਾ ਰਹੇ ਨੇ ਉਹਨਾਂ ਦੇ ਹੁਕਮਾਂ ਮੁਤਾਬਿਕ ਦੁਆਰਾ ਪੜਤਾਲ। ਪੰਜਾਬ ਵਿੱਚ ਪਿਛਲੀ ਸਰਕਾਰ ਵੇਲੇ ਮ੍ਰਿਤਕਾਂ, ਘੱਟ ਉਮਰ ਵਾਲੇ ਬਜ਼ੁਰਗਾਂ, ਨਿਰਧਾਰਿਤ ਤੋਂ ਵੱਧ ਜ਼ਮੀਨ ਅਤੇ ਜ਼ਿਆਦਾ ਆਮਦਨ ਵਾਲੇ ਲੋਕਾਂ ਨੇ ਵੀ ਗਰੀਬ ਹੋਣ ਦਾ ਢੰਗ ਰਚਾ ਕੇ ਨਾ ਕੇਵਲ ਪੈਨਸ਼ਨਾਂ ਹਾਸਲ ਕੀਤੀਆਂ ਬਲਕਿ ਗਰੀਬ ਤੇ ਯੋਗ ਲੋਕਾਂ ਦਾ ਹੱਕ ਵੀ ਖੋਇਆ। ਇਸ ਦੀ ਨਿੰਦਾ ਕਰਦਿਆਂ CPI ਲਿਬਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਚੋਣਾਂ ਵਿੱਚ ਭ੍ਰਿਸ਼ਟਾਚਾਰ ਆਮ ਮੁੱਦਾ ਹੈ, ਪਰ ਭ੍ਰਿਸ਼ਟਾਚਾਰ ਕੇਵਲ ਪੈਨਸ਼ਨਾਂ ਵਿੱਚ ਹੀ ਨਹੀਂ ਹਰ ਕੰਮ ਵਿੱਚ ਹੈ। ਉਹਨਾਂ ਇਸ ਦੀ ਪੂਰੀ ਜਾਂਚ ਕਰਵਾਏ ਜਾਣ ਅਤੇ ਦੋਸ਼ੀ ਅਫਸਰਾਂ ਦੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਕਹਿਣਾ ਚਾਹੁੰਦਾ ਜੀ, CPIML ਵੱਲੋਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਵੀ ਲੋਕ ਸਭਾ ਦੀਆਂ 'ਚ ਵਿਧਾਨ ਸਭਾ ਦੇ 'ਚ ਇੱਕ ਵੱਡਾ ਮੁੱਦਾ ਸੀ ਭ੍ਰਿਸ਼ਟਾਚਾਰ, ਵੀ ਭ੍ਰਿਸ਼ਟਾਚਾਰ ਰਹਿਤ ਅਸੀਂ ਆਪਦਾ ਸ਼ਾਸਨ ਦੇਵਾਂਗੇ, ਪਰ ਅਸੀਂ ਦੇਖਦੇ ਹਾਂ ਵੀ ਨਾ ਨਸ਼ੇ ਨਾ ਭ੍ਰਿਸ਼ਟਾਚਾਰ ਕੁਛ ਖਤਮ ਨਹੀਂ ਹੋ ਰਿਹਾ। ਪੰਜਾਬ ਮਾਨਸਾ ਡਿਪਟੀ ਕਮਿਸ਼ਨਰ ਦਾ ਅੱਜ ਬਿਆਨ ਲੱਗਿਆ ਵੀ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਹਫ਼ਤਾ ਮਨਾ ਰਹੇ ਹਾਂ। ਅਸੀਂ ਦੇਖਦੇ ਹਾਂ ਵੀ ਇੱਥੇ ਭ੍ਰਿਸ਼ਟਾਚਾਰ ਇਸ ਹੱਦ ਤੱਕ ਆ ਵੀ 85,000 ਦੇ ਕਰੀਬ ਮਤਲਬ ਪੈਨਸ਼ਨਾਂ ਦੀ ਪੜਤਾਲ ਹੋਈ ਹੈ, ਜਿਹਦੇ 9,000 ਅਯੋਗ ਪਾਏ ਗਏ ਨੇ। ਕੁਛ ਘੱਟ ਉਮਰ ਵਾਲੇ ਲੈ ਰਹੇ ਨੇ, ਕੁਛ ਵੱਧ ਜ਼ਮੀਨ ਵਾਲੇ ਘੱਟ ਜ਼ਮੀਨ ਦਿਖਾ ਕੇ ਲੈ ਰਹੇ ਨੇ। ਇਹ ਭ੍ਰਿਸ਼ਟਾਚਾਰ ਇਕੱਲਾ ਪੈਨਸ਼ਨਾਂ 'ਚ ਨਹੀਂ, ਅੱਜ DC ਸਾਹਿਬ ਦਾ ਇਹ ਵੀ ਬਿਆਨ ਸੀ ਵੀ ਮਤਲਬ ਔਨਲਾਈਨ ਭ੍ਰਿਸ਼ਟਾਚਾਰ ਖਤਮ ਹੋ ਜੂ। ਅਸੀਂ ਮਨਰੇਗਾ ਦੀਆਂ 3-4 ਕੰਪਲੇਂਟਾਂ ਕੀਤੀਆਂ ਹੋਈਆਂ ਨੇ ਵੀ ਔਨਲਾਈਨ ਮਤਲਬ ਮਨਰੇਗਾ ਦਾ ਸਾਰਾ ਕੰਮ ਚੱਲਦਾ, ਉਹ 'ਚ ਜਾਲੀ ਮਸਟੋਲ ਪਾਏ ਜਾਂਦੇ ਨੇ, ਬੰਦਾ ਕੰਮ ਨਹੀਂ ਕਰਦਾ, ਉਹਨਾਂ ਦੀਆਂ ਦਿਹਾੜੀਆਂ ਪਾਈਆਂ ਜਾਂਦੀਆਂ ਨੇ, ਕਰੋੜਾਂ ਰੁਪਈਆਂ ਦਾ ਮਨਰੇਗਾ ਦੇ ਵਿੱਚ ਘਪਲੇਬਾਜ਼ੀ ਹੈ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ CPIML ਵੱਲੋਂ ਇਹਦੇ ਖਿਲਾਫ਼ ਪੂਰੇ ਜ਼ਿਲ੍ਹੇ ਦੇ ਵਿੱਚ ਕੰਪੇਨ ਵੀ ਚਲਾਵਾਂਗੇ ਇਸ ਭ੍ਰਿਸ਼ਟਾਚਾਰ ਦੇ ਖਿਲਾਫ਼, ਅਤੇ ਇਹੀ ਅਸੀਂ ਕਹਿਣਾ ਚਾਹੁੰਦੇ ਵੀ ਇਹਨਾਂ ਦੀ ਜਾਂਚ ਹੋ ਕੇ ਜਿਹੜੇ ਮਤਲਬ ਦੋਸ਼ੀ ਅਫਸਰ ਨੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਸਪੋਕਸਮੈਨ TV ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।